ਜੀ ਸਤਿ ਸ੍ਰੀ ਅਕਾਲ ਜੀ ਧੰਨ ਪਾਕ ਤੁਹਾਡੇ ਵਰਗੇ ਫਕਰ ਫਕੀਰ ਲੋਕ ਛਿੰਦੇ ਨੇ ਦੁਆਵਾਂ ਦਿੰਦੇ ਨੇ ਲਾਈਕ ਸ਼ੇਅਰ ਕਹਿ ਕੇ ਸ਼ੁਰੂ ਕਰ ਰਹੇ ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ ਪ੍ਰਣਾਮ ਇਹ ਲੋਕ ਸੰਗੀਤ ਦੇ ਬਹੁਤ ਨੇੜੇ ਹੁੰਦੇ ਨੇ ਸੰਗੀਤ ਇਹਨਾਂ ਦੀ ਜਿੰਦ ਜਾਨ ਹੈ ਮੈਂ ਇੱਕੋ ਬੇਨਤੀ ਕਰਦਾ ਮੈਂ ਬੀਬੀਆਂ ਭੈਣਾਂ ਨੇ ਜਿਨ੍ਹਾਂ ਨੇ ਜਾਣਾ ਸਹੀ ਗੱਲ ਹੈ ਲੋਏ ਲੋਏ ਭਰ ਲੈ ਕੁੜੀਏ ਜੇ ਤੂੰ ਭਾਂਡਾ ਭਰਨਾ ਸ਼ਾਮ ਪਈ ਬਿਨ ਸ਼ਾਮ ਮੁਹੰਮਦ ਘਰ ਜਾਂਦੀ ਨੇ ਡਰ ਕਿਉਂਕਿ ਜੇ ਧੀ ਤੇ ਆਣੀ ਆ ਉਹਨੂੰ ਵੀ ਡਰ ਲੱਗਦਾ ਬਾਪੂ ਪੁੱਛੂਗਾ ਕਿੱਥੇ ਆਈ ਹੈ ਲੇਟ ਹੋ ਗਈ ਜੇ ਕੋਈ ਸੁਹਾਗਣ ਹੈ ਉਹਦਾ ਘਰ ਵਾਲਾ ਵੀ ਪੁੱਛ ਸਕਦਾ ਜਦੋਂ ਮੈਂ ਘਰ ਬੈਠਾ ਪੈਗ ਲਾਉਣਾ ਤੂੰ ਉੱਥੇ ਕੀ ਕਰਨ ਗਈ ਸੀ ਸੋ ਗੱਲਾਂ ਮੇਰੀਆਂ ਬਿਲਕੁਲ ਦੇਸੀ ਗੁੜ ਵਰਗੀਆਂ ਹੁੰਦੀਆਂ ਕਿਉਂਕਿ ਮੈਂ ਸਾਰੀ ਉਮਰ ਤੁਹਾਡੇ ਵਰਗੇ ਲੋਕਾਂ ਤੋਂ ਰੋਟੀ ਖਾਧੀ ਆ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਸਹੁੰ ਰੱਬ ਦੀ ਕਰਕੇ ਡੱਲ ਕੱਢ ਦਿੱਤੇ ਨੇ ਕਢਾਲ ਕਹਿੰਦਾ ਬਾਈ ਜਾ ਕੋਲ ਕਿਤੇ ਹੋਰ ਹੀ ਨਾ ਤੈਨੂੰ ਲੈ ਜੇ ਇਹ ਤਾਂ ਖੇਡ ਚੁੱਕਦੀ ਰਹਿੰਦੀ ਕੁਛ ਤੇ ਕੋਈ ਹਾਰੇ ਅਮਲੀ ਨੇ ਵੇਖੋ ਸ਼ੁਕਰੀਆ ਜੀ।